ਹਕਰੀਦਾਲ ਦੇ ਸੰਸਦ ਨਰੇਸ਼ ਗੁਜਰਾਲ ਨੂੰ ਪਾਰਲੀਮੈਂਟ ਕਮੇਟੀ ਆਫ ਕਮਰਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਕਪਿਲ ਸਿਬਲ ਤੇ ਅਭਿਸ਼ੇਕ ਮਨੋ ਸਿੰਘਵੀ ਨੂੰ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ ਹੈ ਕਮਰਸ ਕਮੇਟੀ ਦੇ ਚੇਅਰਮੈਨਸ਼ਿਪ ਦਾ ਅ ਵਜ਼ਾ ਦਿੱਤਾ ਗਿਆ ਹੈ ਸਾਡਾ ਪਹਿਲਾ ਰੋਲ ਹੈ ਹੋਏਗਾ ਕਿ ਹਿੰਦੁਸਤਾਨ ਦਾ ਐਕਸਪੋਰਟ ਜਿਹੜਾ ਬਹੁਤ ਘਟ ਰਿਹਾ ਹੈ ਖਾਸ ਕਰ ਜਿਹੜਾ ਲੇਬਰ ਇੰਟੈਂਸਿਵ ਐਕਸਪੋਰਟ ਹੈ ਜਿਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਉਹਨੂੰ ਅਸੀਂ ਕਿਸ ਤਰ੍ਹਾਂ ਬढ़ावा ਦੇ ਸਕੀਏ ਅਸੀਂ ਇਹ ਵੀ ਐਗਜ਼ਾਮਨ ਕਰਾਂਗੇ ਕਿ ਜਿਹੜੇ ਟੈਕਸ ਹੁਣ ਲਾਏ ਗਏ ਨੇ ਉਹ ਐਕਸਪੋਰਟਰਾਂ ਨੂੰ ਵਾਪਿਸ ਮਿਲ ਰਹੇ ਨੇ ਕਿ ਜਾਂ ਨਹੀਂ ਮਿਲ ਰਹੇ ਕਿਉਂਕਿ ਕੋਈ ਵੀ ਦੇਸ਼ ਆਪਣੇ ਟੈਕਸਾਂ ਨੂੰ ਐਕਸਪੋਰਟ ਨਹੀਂ ਕਰ ਸਕਦਾ ਕਮੇਟੀ ਫੈਸਲੇ ਲਏਗੀ ਕਿ ਪਹਿਲੇ ਅਸੀਂ ਕਿ ਕਿਹੜੀ ਚੀਜ਼ ਨੂੰ ਤਵਜੋ ਦੇਈਏ ਮੇਰੀ ਪਰਸਨਲ ਫੀਲਿੰਗ ਹੈ ਕਿ ਪਹਿਲਾ ਕੰਮ ਸਾਨੂੰ ਦੇਖਣਾ ਚਾਹੀਦਾ ਹੈ ਕਿ ਜੀਐਸਟੀ ਨਾਲ ਐਕਸਪੋਰਟ ਨੂੰ ਨੁਕਸਾਨ ਤੇ ਨਹੀਂ ਪਹੁੰਚ ਰਿਹਾ ਇਸ ਗੱਲ ਨੂੰ ਅਸੀਂ ਐਗਜ਼ਾਮਨ ਕਰੀਏ